રાઈટ ડાઉન ધ વેલ્યુઝ ઓફ ફોલોઇંગ ઇના દે અસી વેલ્યુઝ મીન ઇના ન સોલ્વ karna va وچ મલ્ટીપ્લાય ધ સાઇન ઇટ મીન્સ એઝ ਜਿਹੜੇ ਡਿਜੀਟ ਦਿੱਤੇ ਹੋਏ ਆ ਡੈਸੀਮਲ ਵਾਲੇ ਇਨ੍ਹਾਂ ਨੂੰ ਅਸੀਂ ਇਨ੍ਹਾਂ ਨਾਲ 10 ਨਾਲ 1000 ਨਾਲ ਮਲਟੀਪਲਾਈ karna ਜ਼ੀਰੋਜ਼ ਦੇ ਨਾਲ ਦੇਖੋ ਬੱਚੇ ਤੁਸੀਂ ਕੀ karna va કે ਪਹਿਲਾਂ ਅਸੀਂ ਪੁਆਇੰਟ ਨਹੀਂ ਲਗਾਣਾਗਾ ਤੇ ਪੁਆਇੰਟ ਦੇ ਜਿਹੜੇ ਇਹ ਵਾਲੇ ਅੰਦਰ ਡਿਜੀਟ ਆਂਦੇ ਨਾ ਰਾਈਟ ਹੈਂਡ ਸਾਈਡ ਵਾਲੇ ਪਾਸੇ ਇਨ੍ਹਾਂ ਨੂੰ ਅਸੀਂ ਲਿਖ ਲਵਾਂਗੇ ਤੇ 1 ਨੂੰ ਇਨ੍ਹਾਂ ਨਾਲ ਸਿਰਫ ਮਲਟੀਪਲਾਈ karna ਤੇ ਇੰਨਾ ਹੀ ਆ ਜਾਣਾ ਤੇ ਇਹਦੇ ਨਾਲ ਜ਼ੀਰੋ ਲੱਗਾ ਵਾ ਤੇ ਜਿਹੜੀ ਜ਼ੀਰੋ ਲੱਗੀ ਉਹ ਪਿੱਛੇ ਡਾਇਰੈਕਟ ਲਗਾ ਦੇਣੀ ਹੁਣ ਪੁਆਇੰਟ ਤੋਂ ਪਹਿਲੇ ਵਾਲਾ ਜ਼ੀਰੋ ਮੈਂ ਤਾਂ ਨਹੀਂ ਲਗਾਇਆ ਕਿਉਂਕਿ ਪੁਆਇੰਟ ਤੋਂ ਪਹਿਲੇ ਵਾਲੇ ਜ਼ੀਰੋ ਦਾ ਕੋਈ ਮੁੱਲ ਨਹੀਂ ਉਹਨੂੰ ਲਗਾਉਣ ਦੀ ਲੋੜ ਨਹੀਂ ਆ ਹੁਣ ਗੱਲ ਆ ਗਈ ਪੁਆਇੰਟ ਦੀ ਕਿ ਪੁਆਇੰਟ ਕਿੱਥੇ ਲਗਣਾ ਦੇਖੋ ਬੱਚੇ ਪੁਆਇੰਟ ਦੇ ਪਿੱਛੇ 1 2 3 4 ਡਿਜੀਟ ਆ ਜਿੰਨਾ ਤੁਹਾਡਾ ਆਨਸਰ ਆ ਤੁਸੀਂ ਪਿੱਛੋਂ 4 ਡਿਜੀਟ ਗਿਣ ਕੇ 1 2 3 4 ਤੇ ਪੁਆਇੰਟ ਲਗਾਉਣਾ ਠੀਕ ਹੈ ਸਭ ਤੋਂ ਪਹਿਲਾਂ ਮਲਟੀਪਲਾਈ ਕਰਨਾ ਪੁਆਇੰਟ ਬਾਅਦ ਵਿੱਚ ਲਗਾਉਣਾ ਹੁਣ ਦੇਖੋ ਆ ਪੁਆਇੰਟ ਤੋਂ ਪਹਿਲਾਂ ਕੀ ਆ ਗਿਆ 1 ਤੇ 1 ਨਹੀਂ ਛੱਡਣਾ 1 ਤੁਸੀਂ ਨਾਲ ਲਗਾਉਣਾ ਵਾ ਪੁਆਇੰਟ ਨਹੀਂ ਲ ਤੇ 1 ਨੂੰ ਐਡ ਸਾਰੇ ਡਿਜੀਟ ਨਾਲ ਮਲਟੀਪਲਾਈ ਕੀਤਾ ਤੇ ਇੰਨਾ ਹੀ ਆ ਜਾਣਾ ਹੈ ਇਸ ਕਰਕੇ ਮੈਂ ਮਲਟੀਪਲਾਈ ਨਹੀਂ ਕੀਤਾ ਮੈਂ ਇਸੇ ਤਰੀਕੇ ਨਾਲ ਲਿਖ ਦਿੱਤਾ 2 ਜ਼ੀਰੋਜ਼ ਜਿਹੜੀਆਂ ਲੱਗੀਆਂ ਹੋਈਆਂ ਵਨ ਦੇ ਨਾਲ ਉਹ ਡਾਇਰੈਕਟ ਪਿੱਛੇ ਲਗਾ ਦੇਣੀ ਆ ਹੁਣ ਗੱਲ ਆ ਗਈ ਪੁਆਇੰਟ ਦੀ ਦੇਖੋ ਮੈਂ ਫੇਰ ਰਿਪੀਟ ਕਰ ਰਹੀ ਹਾਂ ਕਿ ਪਾਣ ਤੋਂ ਪਹਿਲਾਂ ਜੇ ਜ਼ੀਰੋ ਆ ਉਹ ਨਹੀਂ ਲਗਾਉਣਾਗਾ ਜੇਕਰ ਪਾਣ ਤੋਂ ਪਹਿਲਾਂ 1 2 ਕੋਈ ਡਿਜੀਟ ਆ ਉਹ ਜਰੂਰ ਲਗਾਉਣਾ ਵਾ ਠੀਕ ਹੈ ਹੁਣ ਗੱਲ ਆ ਗਈ ਪੁਆਇੰਟ ਦੀ ਪੁਆਇੰਟ ਦੇ ਪਿੱਛੇ 1 2 3 ਡਿਜੀਟ ਆ ਤੇ ਪਿੱਛੋਂ ਤੁਸੀਂ 1 2 3 ਡਿਜੀਟ ਛੱਡ ਕੇ ਪੁਆਇੰਟ ਲਗਾ ਦੇਣਾ ਇਹ ਤੁਹਾਡਾ ਆਨਸਰ ਆ ਗਿਆ ਇਸੇ ਤਰੀਕੇ ਨਾਲ 1000 ਵਾਲੀ ਐਗਜ਼ਾਮਪਲ ਤੁਸੀਂ ਕਰਨੀ ਆ ਹੁਣ ਦੇਖੋ ਪਹਿਲਾਂ ਫੇਰ ਪਾਣ ਤੋਂ ਪਹਿਲਾਂ ਜ਼ੀਰੋ ਆ ਗਿਆ ਜ਼ੀਰੋ ਆਪਾਂ ਲਗਾਉਣੀ ਨਹੀਂ ਆ 86 ਨੂੰ 1 ਨਾਲ ਮਲਟੀਪਲਾਈ ਕੀਤਾ 86 ਆ ਗਿਆ ਪਿੱਛੇ 3 ਜ਼ੀਰੋਸ ਆ 30 ਲਈ ਇਹ ਦਿੱਤੀਆਂ ਹੁਣ ਪਾਣੀ ਦੇ ਪਿੱਛੇ ਹੈਗੇ 2 ਡਿਜੀਟ 1 اور 2 ਪਿੱਛੋਂ 2 ਡਿਜੀਟ ਗਿਣ ਕੇ ਇੱਥੇ ਪੁਆਇੰਟ ਲਗਾ ਦੇਣਾ ਇਤੋਂ ਅਨਸਰ ਆ ਗਿਆ